ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ आवर ਸ਼ੋਅ ਥੈਂਕ ਯੂ ਹਾਂ ਜੀ ਡਾਕਟਰ ਸਾਹਿਬ ਅੱਜ 7 ਅਕਤੂਬਰ 2013 ਬਾਈ ਅਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਫੋਨ ਮੈਸੇ ਸਾਡੀ ਪਹਿਲੀ ਈਮੇਲ ਆਈ ਹੈ ਮੈਲਬਨ ਆਸਟ੍ਰੇਲੀਆ ਤੋਂ ਵੀਰ ਦਵਿੰਦਰ ਸਿੰਘ ਜੋਸਨ ਜੀ ਦੀ ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਮੈਂ ਪਹਿਲੀ ਵਾਰ ਤੁਹਾਨੂੰ ਇਹ ਈਮੇਲ ਭੇਜ ਰਿਹਾ ਹਾਂ ਅਸਲ ਵਿੱਚ ਕੁਝ ਦਿਨ ਪਹਿਲਾਂ ਹੀ ਮੈਨੂੰ ਮੇਰੇ ਦੋਸਤ ਨੇ ਫੇਸਬੁੱਕ ਤੇ ਤੁਹਾਡੇ ਸ਼ੋਅ ਦਾ ਲਿੰਕ ਭੇਜਿਆ ਸੀ ਤੁਹਾਡੇ ਸੱਚੋ ਸੱਚ ਪ੍ਰੋਗਰਾਮ ਵਿੱਚ ਸਿਕ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਨੇ ਮੇਰੇ ਤੇ ਡੂੰਘਾ ਅਸਰ ਪਾਇਆ ਹੈ ਹੁਣ ਮੈਂ ਰੋਜ਼ਾਨਾ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ ਲਾਈਵ ਤਾਂ ਨਹੀਂ ਸੁਣ ਸਕਦਾ ਕਿਉਂਕਿ ਯੂਐਸ ਤੇ ਆਸਟ੍ਰੇਲੀਆ ਦੀ ਟਾਈਮਿੰਗ ਵਿੱਚ ਕਾਫੀ ਅੰਤਰ ਹੈ ਤੁਹਾਡੇ ਲਾਈਵ ਸ਼ੋਅ ਵੇਲੇ ਜਾਂ ਤਾਂ ਮੈਂ ਜੌਬ ਕਰਦਾ ਹਾਂ ਜਾਂ ਫਿਰ ਸੁੱਤਾ ਹੁੰਦਾ ਹਾਂ ਮੈਂ ਤੁਹਾਡੇ ਨਾਲ ਖਾਲਸਾ ਦੇ ਮੁੱਦੇ ਤੇ ਗੱਲ ਕਰਨੀ ਸੀ ਮੇਰੀ ਇਸ ਈਮੇਲ ਨੂੰ ਆਪਣੇ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਲ ਕਰਨਾ ਜੀ ਸਿੱਖ ਧਰਮ ਦਾ ਇੱਕ ਵੱਖਰਾ ਸੂਬਾ ਹੋਣਾ ਚਾਹੀਦਾ ਹੈ ਜਿਸ ਦਾ ਨਾਮਕਰਨ ਅਸੀਂ ਖਾਲਸਾਣ ਕੀਤਾ ਹੈ ਮੈਂ ਗੱਲਾਂ ਰਿਪੀਟ ਨਹੀਂ ਕਰਦਾ ਕਿਉਂਕਿ ਇਸ ਵੱਖਰੇ ਸੂਬੇ ਦੀ ਸਿੱਖਾਂ ਨੂੰ ਲੋੜ ਹੈ ਸਭ ਸਿੱਖਾਂ ਨੂੰ ਪਤਾ ਹੈ ਕਿ ਜੋ ਕੇ ਸਮੇਂ ਵਿੱਚ ਸਿੱਖਾਂ ਦੇ ਧਾਰਮਿਕ ਰਾਜਨੀਤਿਕ ਤੇ ਇਨਸਾਫ ਲਈ ਇੱਕ ਵੱਖਰੇ ਸੂਬੇ ਦਾ ਜਨਮ ਹੋਣਾ ਜ਼ਰੂਰੀ ਹੈ ਇਸ ਨਾਲ ਮੈਂ ਵੀ 110% ਸਹਿਮਤ ਹਾਂ ਪਰ ਮੈਂ ਇਸ ਦੇ ਨਾਲ-ਨਾਲ ਦੂਜੇ ਪੱਖ ਨੂੰ ਵੀ ਦੇਖਦਾ ਹਾਂ ਅਜ਼ਿਊਮ ਕਰ ਲਓ ਕਿ ਸਿੱਖਾਂ ਨੂੰ ਇੱਕ ਵੱਖਰਾ ਦੇਸ਼ ਖਾਲਸਾਣ ਮਿਲ ਜਾਂਦਾ ਹੈ ਇਸ ਗੱਲ ਦੀ ਗਾਰੰਟੀ ਕੌਣ ਲਵੇਗਾ ਕਿ ਜੋ ਸਾਡਾ ਨਵਾਂ ਸੂਬਾ ਹੈ ਉੱਥੇ ਸਾਡੇ ਹਿਊਮਨ ਰਾਈਟਸ ਸੇਫ ਹੋਣਗੇ ਜਿਸ ਨੁਮਾਇंदे ਨੂੰ ਵੀ ਅਸੀਂ ਵੋਟਾਂ ਪਾ ਕੇ ਚੁਣਾਂਗੇ ਕਿ ਉਹ ਸਤਾ ਵਿੱਚ ਆ ਕੇ ਪਬਲਿਕ ਹਿੱਤਾਂ ਦੀ ਗੱਲ ਕਰੇਗਾ ਕਿ ਉਸ ਨਵੇਂ ਸੂਬੇ ਵਿੱਚ ਕੋਈ ਵੀ ਬੰਦਾ ਪਰਿਸ਼ਟ ਨਹੀਂ ਹੋਵੇਗਾ ਜੇ ਦੇਖਿਆ ਜਾਵੇ ਤਾਂ ਅੱਜ ਪੰਜਾਬ ਨੂੰ ਅਸੀਂ ਇਸ ਬਾਦਰ ਜੁੰਡਲੀ ਤੋਂ ਤਾਂ ਬਚਾ ਨਹੀਂ ਸਕੇ ਧਰਮ ਦੀ ਠੇਕੇਦਾਰੀ ਦਾ ਸਾਰਾ ਕੰਮ ਸ਼੍ਰੋਮਣੀ ਕਮੇਟੀ ਨੇ ਸਾਂਭਿਆ ਹੋਇਆ ਹੈ ਧਰਮ ਨੂੰ ਸਹੀ ਰਾਹ ਤੇ ਤਾਂ ਕੀ ਪਾਉਣਾ ਹੈ ਇਹਨਾਂ ਜਥੇਦਾਰਾਂ ਕੋਲੋਂ ਮੂਵੀਆਂ ਤੇ ਬੈਨ ਲਵਾ ਲਓ ਪਰ ਜੋ ਧਰਮ ਵਿੱਚ ਇੰਨੀਆਂ ਕ੍ਰਿਤੀਆਂ ਫੈਲ ਗਈਆਂ ਹਨ ਇਹਨਾਂ ਤੇ ਇਹ ਬੈਨ ਨਹੀਂ ਲਾ ਸਕਦੇ ਡਾਕਟਰ ਸैम ਅਸੀਂ ਪੰਜਾਬ ਤੋਂ ਦੂਰ ਬੈਠੇ ਲੋਕ ਹੀ ਪੰਜਾਬ ਦੀ ਭਲਾਈ ਬਾਰੇ ਸਮਝ ਸਕਦੇ ਹਾਂ ਪਰ ਪੰਜਾਬ ਵਿੱਚ ਬੈਠੇ ਲੋਕ ਉਸ ਕਰਪਟ ਸਿਸਟਮ ਦਾ ਹਿੱਸਾ ਨੇ ਉਹ ਬਦਲ ਨਹੀਂ ਸਕਦੇ ਕਿਉਂਕਿ ਜਦੋਂ ਅਸੀਂ ਸਾਰੇ ਪੰਜਾਬ ਵਿੱਚ ਸੀ ਤਾਂ ਸਾਨੂੰ ਕੋਈ ਫਰਕ ਨਹੀਂ ਸੀ ਪੈਂਦਾ ਉਹ ਸਾਰੀਆਂ ਪੰਥਕ ਵਾਲੀਆਂ ਗੱਲਾਂ ਤੇ ਸੇ ਪੰਜਾਬ ਵਾਲੀਆਂ ਗੱਲਾਂ ਸਿਰ ਪੰਜਾਬ ਤੋਂ ਦੂਰ ਹੋ ਕੇ ਵਧੀਆ ਸਿਸਟਮ ਵਿੱਚ ਆ ਕੇ ਪਤਾ ਲੱਗੀਆਂ ਨੇ ਡਾਕਟਰ ਸਾਹਿਬ ਤੁਸੀਂ ਸ਼ਾਇਦ ਇਹ ਕਹੋਗੇ ਕਿ ਪੰਜਾਬ ਦੇ ਸਾਰੇ ਪੋਲੀਟਿਸ਼ੀਅਨ ਸੈਂਟਰ ਦੀ ਮਾਰ ਥੱਲੇ ਨੇ ਜੋ ਸੈਂਟਰ ਕਹਿੰਦਾ ਹੈ ਉਹੀ ਇਹ ਕਰਦੇ ਹਨ ਪਰ ਜੇ ਆਪਣਾ ਸੂਬਾ ਬਣ ਗਿਆ ਤੇ ਕੋਈ ਸੈਂਟਰ ਨਹੀਂ ਤਾਂ ਕਿ ਸਾਰੇ ਕੰਮ ਕਿਸੇ ਦਖਲਅੰਦਾਜ਼ੀ ਤੋਂ ਬਿਨਾ ਹੋਣਗੇ ਮੈਂ ਤਾਂ ਇਹੀ ਕਹਾਗਾ ਕਿ ਜੇ ਅਸੀਂ ਪਿਛਲੇ 60 ਸਾਲਾਂ ਵਿੱਚ ਕੋਈ ਇਮਾਨਦਾਰ ਬੰਦਾ ਨਹੀਂ ਚੁਣ ਸਕੇ ਤਾਂ ਸ਼ਾਇਦ ਇੱਕ ਨਵਾਂ ਸੂਬਾ ਬਣ ਜਾਂਤੇ ਵੀ ਬਾਦਲ ਪਰਿਵਾਰ ਵਰਗੇ ਪੰਥ ਨੂੰ ਵੇਚ ਕੇ ਖਾ ਜਾਣ ਵਾਲੇ ਵੀ ਉੱਥੇ ਹੋਣਗੇ ਇੱਕ ਸੈਂਟਰ ਬਣ ਕੇ ਜੋ ਹਮੇਸ਼ਾ ਸਾਡੀ ਗਰਦਨ ਨੂੰ ਜਫਾ ਪਾ ਕੇ ਬੈਠੇ ਰਹਿਣਗੇ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਜੀ ਡਾਕਟਰ ਸਾਹਿਬ ਕੀ ਨਾਮ ਸਿਕਨ ਦਾ ਇਹਨਾਂ ਦਾ ਨਾਮ ਹੈਗਾ ਦਵਿੰਦਰ ਹਾਂਜੀ ਦਵਿੰਦਰ ਸਿੰਘ ਜੋਸਨ ਅ ਸਭ ਤੋਂ ਪਹਿਲਾਂ ਤਾਂ ਵੀਰ ਦਵਿੰਦਰ ਸਿੰਘ ਜੋਸਨ ਜੀ ਦਾ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਮੈਲਬਰਨ ਆਸਟ੍ਰੇਲੀਆ ਤੋਂ ਲਿਖਿਆ ਜੀ ਉਹਨਾਂ ਦਾ ਸ਼ੁਕਰੀਆ ਉਹਨਾਂ ਨੇ ਪਹਿਲੀ ਵਾਰ ਲਿਖਿਆ ਹੈ ਔਰ ਅਸੀਂ ਉਹਨਾਂ ਦੀ ਈਮੇਲ ਨੂੰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾ ਰਹੇ ਜੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਵੀਰ ਜਿਹੜੇ ਪ੍ਰੋਗਰਾਮ ਸੁਣਦੇ ਨੇ ਦੇਖਦੇ ਨੇ ਜੀ ਕਿਉਂਕਿ ਆਸਟ੍ਰੇਲੀਆ 'ਚ ਬਹੁਤ ਸਾਰੇ ਵੀਰ ਪੈਣਾ ਕੋਈ ਆਵਾਜ਼ ਜਿਹੜਾ ਰੇਡੀਓ ਪ੍ਰੋਗਰਾਮ ਹੈ ਜਿਸ ਤੇ ਪ੍ਰੋਗਰਾਮ ਨਾਲ ਦੀ ਨਾਲ ਬ੍ਰਾਡਕਾਸਟ ਵੀ ਹੁੰਦੇ ਜੀ ਉਸ ਨੂੰ ਸੁਣਦੇ ਨੇ ਜੀ ਔਰ ਕੁਝ ਜਵੇਂ ਉਹਨਾਂ ਨੇ ਟਾਈਮ ਜ਼ੋਨ ਦੀ ਗੱਲ ਕੀਤੀ ਹੈ ਕਿ ਉਹ ਨਹੀਂ ਦੇਖ ਸਕਦੇ ਵੈਸੇ ਅਸੀਂ ਅੱਗੇ ਵੀ ਰਿਪੀਟ ਕੀਤਾ ਸੀ ਜੀ ਕਿ ਜੇ ਉਹ ਆਪਣੇ ਟਾਈਮ ਜ਼ੋਨ ਵੀ ਦੇਖਣ ਤੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਸਾਡੀਆਂ ਟਾਈਮਿੰਗਸ ਨੇ ਕਿਉਂਕਿ ਅਸੀਂ ਨਿਊਯਾਰਕ ਈਸਟ ਕੋਸਟ ਟਾਈਮ ਪਹਿਲਾ ਜਿਹੜਾ ਸਾਡਾ ਲਾਈਵ ਪ੍ਰੋਗਰਾਮ ਹੈ ਉਹ 8 ਤੋਂ 9 ਹੁੰਦੇ ਜੀ ਫਿਰ ਸਾਡਾ 3 ਘੰਟੇ ਬਾਅਦ 9 ਤੋਂ ਬਾਅਦ 12 ਤੋਂ 1 ਰਿਪੀਟ ਪ੍ਰੋਗਰਾਮ ਹੈ ਜੀ ਫਿਰ ਸਵੇਰੇ ਜਿਹੜਾ 9 ਤੋਂ 10 ਰਿਪੀਟ ਪ੍ਰੋਗਰਾਮ ਹੈ ਜੀ ਔਰ ਫਿਰ ਦਿਨੇ 1 ਤੋਂ 2 ਰਿਪੀਟ ਪ੍ਰੋਗਰਾਮ ਹੈ ਜੀ ਸੋ ਮੈਂ ਸਮਝਦਾ ਹਾਂ ਵੀ ਟਾਈਮ ਜ਼ੋਨ ਯੂਰਪ ਦਾ ਹੋਵੇ ਆਸਟ੍ਰੇਲੀਆ ਦਾ ਹੋਵੇ ਇੰਡੀਅਨ ਸਬਕਾਂਟਿਨੈਂਟ ਦਾ ਹੋਵੇ ਜੀ ਕਿਤੇ ਵੀ ਇਸ ਨੂੰ ਲਾਈਵ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਪਾਵੇਂ ਰਿਪੀਟ ਹੀ ਜਿਹੜਾ ਹੈ ਉੱਥੇ ਦੇਖਿਆ ਜਾ ਸਕਦਾ ਹੈ ਜੀ ਉਹਨਾਂ ਨੇ ਕਿਉਂਕਿ ਵੀਰ ਸੁਲਝੇ ਹੋਏ ਨੇ ਸਿਸਟਮ ਦੇ ਫਰਕ ਵੀ ਉਹਨਾਂ ਨੇ ਦੇਖੇ ਨੇ ਜੀ ਉਹਨਾਂ ਨੇ ਐਡਮਿਟ ਵੀ ਕੀਤਾ ਹੈ ਕਿ ਜਦੋਂ ਤੁਸੀਂ ਉਸ ਪ੍ਰੈਸਟ ਸਿਸਟਮ ਚੋਂ ਬਾਹਰ ਆਂਦੇ ਹੋ ਔਰ ਬਾਹਰ ਆ ਕੇ ਇਹਨਾਂ ਮੁਲਕਾਂ ਦੇ ਚੰਗੇ ਸਿਸਟਮ ਨੂੰ ਦੇਖਦੇ ਹੋ ਜੀ ਉਦੋਂ ਹੀ ਸਮਝ ਆਂਦੀ ਹੈ ਕਿ ਵੀ ਇਸ ਸੇ ਪੰਜਾਬ ਅਸੀਂ ਕਰੀਏ ਜਾ ਪੰਜਾਬ ਦੇ ਵਿੱਚ ਸਾਡਾ ਆਪਣਾ ਕਾਰ ਹੋਏ ਜਿੱਥੇ ਅਸੀਂ ਇੱਕ ਚੰਗਾ ਸਿਸਟਮ ਬਣਾ ਸਕੀਏ ਜੀ ਔਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਵੀ ਜਿਹੜੇ ਲੋਕ ਉੱਥੇ ਰਹਿੰਦੇ ਨੇ ਜਿਵੇਂ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਵੀ ਉੱਥੇ ਰਹਿੰਦੇ ਸੀ ਤਾਂ ਸਾਨੂੰ ਉਹਦੇ ਵਿੱਚ ਕੁਝ ਵੀ ਗਲਤ ਨਹੀਂ ਸੀ ਲੱਗਦਾ ਜੀ ਜੀ ਅਸੀਂ ਉਸ ਪ੍ਰਸ਼ਤ ਸਿਸਟਮ ਦਾ ਹਿੱਸਾ ਸੀ ਇਹ ਗੱਲ ਇਹਨਾਂ ਦੀ ਬਿਲਕੁਲ درست ਹੈ ਔਰ ਸ਼ਾਇਦ ਇਹ ਗੱਲ ਇਹਨਾਂ ਨੂੰ ਜਾਂ ਸਾਨੂੰ ਤਾਂ ਅੱਜ ਸਮਝ ਆਈ ਹੋਵੇਗੀ ਜੀ ਤੇ ਜਿਹੜੇ ਉਸ ਖਿੱਤੇ ਦੇ ਉੱਤੇ ਅੱਜ ਰਾਜ ਸ਼ਕਤੀ ਦੇ ਮਾਲਕ ਬਣੇ ਹੋਏ ਨਹੀਂ 1000 ਸਾਲ ਦੀ ਗੁਲਾਮੀ ਤੋਂ ਬਾਅਦ ਉਨਾਦੇ ਪੁਰਖਿਆਨੋ ਵੀ 2-3 ਹਜ਼ਾਰ ਸਾਲ ਪਹਿਲਾਂ ਜਿਹੜਾ ਇਸ ਗੱਲ ਦੀ ਸਮਝ ਸੀ ਜੀ ਕਿ ਜਦੋਂ ਬੰਦਾ ਸਮੁੰਦਰ ਟੱਪੇਗਾ ਜੀ ਜੀ ਉਦੋਂ ਉਹਨੂੰ ਅਸਲ 'ਚ ਸਮਝ ਆਏਗੀ ਗੱਲ ਕਿ ਉਹ ਸਿਸਟਮ ਕਿਵੇਂ ਬੰਦਿਆਂ ਦੇ ਮੁੱਢਲੇ ਹੱਕਾਂ ਨੂੰ ਕੁਚਲਦਾ ਹੈ ਜੀ ਕਿਵੇਂ ਉਹਨਾਂ ਦੀ ਜ਼ਮੀਰ ਜਿਹੜੀ ਹੈ ਉਸ ਨੂੰ ਗਿਰਵੀ ਕਰਦਾ ਹੈ ਕਿਵੇਂ ਉਹਨਾਂ ਤੋਂ ਵਿੱਦਿਆ ਦਾ ਹੱਕ ਖੋਹਦਾ ਹੈ ਕਿਵੇਂ ਮਨੁੱਖ ਦਾ ਮਨੁੱਖ ਦੇ ਨਾਲ ਜਿਹੜਾ ਹੈ ਉਹ ਵਖਰੇਵਾਂ ਪੈਦਾ ਕਰਦਾ ਹੈ ਜੀ ਇਸ ਲਈ ਉਸ ਹਿੰਦੂਤਵੀ ਧਰਤੀ ਜਿਸ ਨੂੰ ਭਾਰਤ ਦਾ ਨਾਂ ਅਜ ਦੇ ਕੇ ਆ ਜਿਹੜਾ ਅਖੰਡ ਭਾਰਤ ਦੇ ਜਿਹੜੇ ਮੁਦਈ ਨੇ ਅਜ ਰਾਜਸੀ ਸਤਾਵਨ ਫੇਰ ਵੱਧ ਰਹੇ ਨੇ ਉਹਨਾਂ ਦੀ ਇਹ ਟੀਮ ਜੀ ਉਹਨਾਂ ਨੇ ਇਹ ਰਿਲੀਜੀਅਸ ਡੈਕਰੀ ਦਿੱਤੀ ਹੋਈ ਸੀ ਉਹਨਾਂ ਦਾ ਧਾਰਮਿਕ ਇਹ ਜਿਹੜਾ ਫਤਵਾ ਸੀ ਕਿ ਜਿਹੜਾ ਵੀ ਸਮੁੰਦਰ ਪਾਰ ਜਾਏਗਾ ਸਮੁੰਦਰ ਕਰਾਸ ਕਰੇਗਾ ਇੰਡੀਅਨ ਓਸ਼ੀਅਨ ਤੋਂ ਬਾਹਰ ਜਾਏਗਾ ਜੀ ਉਹ ਖਾਰਜ ਹੋ ਜਾਏਗਾ ਸਿੰ্ধু ਸਮਾਜ ਚੋਂ ਬਰਾਦਰੀ ਚੋਂ ਔਰ ਉਹ ਅਛੂਤ ਹੋ ਜਾਏਗਾ ਉਸ ਨੂੰ ਵਾਪਸ ਜਿਹੜਾ ਹੈ ਉਹ ਉਸ ਰਤਬਾ ਹਾਸਲ ਨਹੀਂ ਹੋਏਗਾ ਜੀ ਕਿਉਂਕਿ ਉਹ ਇਹ ਗੱਲ ਸਮਝਦੇ ਸੀ ਕਿ ਇਹ ਜਿਹੜਾ ਬਾਹਰ ਜਾਏਗਾ ਸਾਫ ਸੁਥਰੇ ਆਈਡੀਆਜ਼ ਲੈ ਕੇ ਆਏਗਾ ਉਹ ਫਿਰ ਐਕਸੈਪਟ ਤਾਂ ਨਹੀਂ ਕਰੇਗਾ ਜੀ ਉਹ ਸਾਰੇ ਨੂੰ ਔਰ ਇਹ ਗੱਲ ਬੜੀ ਇਤਿਹਾਸਿਕ ਪਰਿਖੇਪ ਦੇ ਵਿੱਚ ਵੀ ਬਹੁਤ ਸੱਚ ਹੈ ਕਿ ਜਦੋਂ ਈਵਨ ਹਿੰਦੁਸਤਾਨ ਦੇ ਨਕਸ਼ੇ ਦੇ ਵਿੱਚ ਇੱਕ ਸਿੱਖ ਕੌਮ ਨੂੰ ਛੱਡ ਕੇ ਜਿਹੜੀ ਸਭ ਤੋਂ ਬਾਅਦ ਅੰਗਰੇਜ਼ਾਂ ਦੇ ਜਿਹੜੀ ਹੈ ਉਹ ਜ਼ੱਤ ਦੇ ਵਿੱਚ ਆਈ ਜਾਂ ਉਹਨਾਂ ਦੇ ਰਾਜ ਦਾ ਹਿੱਸਾ ਬਣੀ 1899 ਜੀ ਬਹੁਤ ਸਾਰੇ ਉਸ ਖਿੱਤੇ ਦੇ ਲੋਕਾਂ ਨੇ ਤਾਂ ਮੰਜ਼ੂਰ ਕਰ ਲਿਆ ਹੋਇਆ ਸੀ ਅੰਗਰੇਜ਼ੀ ਸਾਮਰਾਜ ਨੂੰ ਉਹਨੂੰ ਹੀ ਆਪਣੀ ਡੈਸਟੀਨੀ ਕਹਿੰਦੇ ਸੀ ਜੀ ਉਸ ਤੋਂ ਪਹਿਲਾਂ ਜੇ ਮੁਗਲ ਆ ਕੇ ਬੈਠੇ ਮੁਗਲਾਂ ਤੋਂ ਵੀ ਪਹਿਲਾਂ ਅਫਗਾਨ ਆਏ ਅਫਗਾਨਾਂ ਤੋਂ ਪਹਿਲਾਂ ਗਜ਼ਨਵੀ ਮਹਿਮੂਦ ਗਜ਼ਨਵੀ ਉਹ ਵੀ ਅਫਗਾਨ ਸੀ ਆਏ ਜੀ ਤੇ ਇਹਨਾਂ ਨੇ ਸ਼ਲੋਕ ਘੜ ਲਿਆ ਸੀ ਦਲੀਸ਼ਵਰ ਹੋਈਸ਼ਵਰੋ ਜੀ ਕਿ ਦਿੱਲੀ ਦਾ ਈਸ਼ਵਰ ਹੀ ਰੱਬ ਹੈ ਔਰ ਇਹੀ ਕਾਰਨ ਹੈ ਵੀ ਉੱਥੋਂ ਜਿਹੜਾ ਕੋਈ ਆਪਣੇ ਆਜੜੀ ਇਕੱਠੇ ਕਰਕੇ ਲਿਆਇਆ 1000 2000 ਦਰਾ ਖੈਬਰ ਟਪਦਾ ਸੀ ਅਲੀ ਅਲੀ ਕਰਦੇ ਆ ਜਾਂਦੇ ਸੀ ਉਹਨਾਂ ਨੂੰ ਕੋਈ ਰੋਕਣ ਵਾਲਾ ਹੀ ਨਹੀਂ ਸੀ ਜੀ ਕਿਉਂਕਿ ਉਹਨਾਂ ਨੇ ਮੰਨ ਲਿਆ ਹੋਇਆ ਸੀ ਕਿ ਸਾਡਾ ਫੇਟ ਹੈ ਸੋ ਜੁੱਤੀ ਨਾਲ ਜਾਂ ਜ਼ੁਲਮ ਦੇ ਥੱਲੇ ਤਾਂ ਉਹਨਾਂ ਨੇ ਉਹਨਾਂ ਨੂੰ ਮੰਨਤਾ ਵੀ ਦਿੱਤੀ ਜਿਹੜੇ ਵੀ ਜ਼ੋਰਾਵਰ ਆ ਕੇ ਬੈਠੇ ਜੀ ਪਰ ਆਪਣੇ ਲੋਕਾਂ ਨੂੰ ਉਹਨਾਂ ਨੇ ਕਦੇ ਵੀ ਉਸ ਜਾਤ ਪਾਤੀ ਸਿਸਟਮ ਦੀ ਗ੍ਰਿਫਤ ਤੋਂ ਨਹੀਂ ਨਿਕਲਣ ਦਿੱਤਾ ਬ੍ਰਾਹਮਣਵਾਦ ਦੀ ਗ੍ਰਿਫਤ ਤੋਂ ਨਹੀਂ ਨਿਕਲਣ ਦਿੱਤਾ ਤੇ ਬਾਹਰੋਂ ਆਉਣ ਵਾਲੇ ਹਮਲਾਵਰਾਂ ਨੇ ਵੀ ਇਹ ਦੇਖਿਆ ਕਿ ਭਾਈ ਉਹਨਾਂ ਨੇ ਆਪਣੀ ਲੁੱਟ ਦਾ ਕੰਮ ਜਾਰੀ ਰੱਖਿਆ ਹੈ ਇਨਰ ਸੁਸਾਇਟੀ ਦੇ ਵਿੱਚ ਉਹਨਾਂ ਨੇ ਜਿਹੜੀ ਬ੍ਰਾਹਮਣ ਦੀ ਡੋਮਿਨੈਂਸ ਸੀ ਜਾਤ ਪਾਤੀ ਸਿਸਟਮ ਚ ਉਹਨੂੰ ਉਹਨਾਂ ਨੇ ਵੀ ਕਦੇ ਚੈਲੰਜ ਨਹੀਂ ਕੀਤਾ ਅੰਗਰੇਜ਼ਾਂ ਨੇ ਵੀ ਇਹੀ ਸਿਸਟਮ ਰੱਖਿਆ ਹੁਣ ਅੰਗਰੇਜ਼ਾਂ ਦੇ ਵੇਲੇ ਵੀ ਜਦੋਂ ਅੰਗਰੇਜ਼ ਆਏ ਉਹ ਸਿਸਟਮ ਦਾ ਵੀ ਹਿੱਸਾ ਬਣ ਗਏ ਉਹਨਾਂ ਦੇ ਸਾਰੇ ਜਿਹੜੇ ਨੇ ਕਲਰਕ ਤੋਂ ਲੈ ਕੇ ਉੱਪਰ ਤੱਕ ਤੁਸੀਂ ਦੇਖੋ ਇਹੀ ਲੋਕ ਉਹ ਸਾਰੇ ਦਾ ਹਿੱਸਾ ਬਣੇ ਜੀ ਔਰ ਇਸ ਆਜ਼ਾਦੀ ਦੀ ਗੱਲ ਜਿਹੜੀ ਆਈਡੀਆਜ਼ ਦੀ ਗੱਲ ਹੋ ਰਹੀ ਹੈ ਕਿ ਕਿਵੇਂ ਬਾਹਰ ਆ ਕੇ ਤੁਹਾਨੂੰ ਸਮਝ ਆਂਦਾ ਹੈ ਔਰ ਫਿਰ ਕਿਵੇਂ ਬਾਹਰ ਵਾਲਿਆਂ ਨੂੰ ਉੱਥੋਂ ਵਾਲੇ ਕਿਵਰੀ ਨਕਾਰਨ ਤੱਕ ਜਾਂਦੇ ਨੇ ਜੀ ਹੁਣ ਸਿੱਖ ਬੇਸ਼ੱਕ ਪੰਜਾਬ ਵੀ ਅੰਗਰੇਜ਼ਾਂ ਦੇ ਯੂਨੀਅਨ ਜੈਕ ਦੇ ਥੱਲੇ ਸੀ ਸਿੱਖ ਉਹਨਾਂ ਦੀ ਫੌਜ ਦੇ ਵਿੱਚ ਭੜਤੀ ਹੋਣੇ ਸ਼ੁਰੂ ਹੋ ਗਏ 1860ਵਿਆਂ ਤੋਂ ਜੀ ਫਿਰ 19ਵੀਂ ਸਦੀ ਦੇ ਅਖੀਰ ਤੱਕ ਪਹੁੰਚਦੇ ਹਨ ਜਿਹੜਾ ਉਹਨਾਂ ਚ ਜਿਹੜੇ ਕੋਈ ਰਿਟਾਇਰ ਹੋਣੇ ਸ਼ੁਰੂ ਹੋਏ ਜਾਂ ਕੋਈ ਹੋਰ ਸਿੰਗਾਪੂਰ ਔਰ ਦੂਸਰੀਆਂ آبادیਾਂ ਚ ਗਏ ਰਿਟਾਇਰਮੈਂਟ ਤੋਂ ਬਾਅਦ ਉਹ ਕੈਨੇਡਾ ਵੱਲ ਆ ਗਏ 19ਵੀਂ ਸਦੀ ਦੇ ਅਖੀਰ 20ਵੀਂ ਸਦੀ ਦੀ ਬਿਗਨਿੰਗ ਚ ਜੀ ਹੁਣ ਉਦੋਂ ਤੱਕ ਜਿਨ੍ਹਾਂ ਨੇ ਈਵਨ ਅੰਗਰੇਜ਼ਾਂ ਦੇ ਥੱਲੇ ਸਰਵ ਕੀਤਾ ਹੋਇਆ ਸੀ ਹਾਲਾਂਕਿ ਸਿੱਖ ਫੌਜੀਆਂ ਨੂੰ ਜਾਂ ਦੂਜਾ ਬਹੁਤ ਚੰਗੀ ਤਰ੍ਹਾਂ ਡੀਲ ਕਰਦੇ ਸੀ ਕੋਈ ਉਹਨਾਂ ਨੂੰ ਸਿੱਧੇ ਤੌਰ ਤੇ ਅਹਿਸਾਸ ਨਹੀਂ ਸੀ ਕਦੇ ਹੁੰਦਾ ਧਾਰਮਿਕ ਆਜ਼ਾਦੀ ਸੀ ਅੰਗਰੇਜ਼ ਇਸ ਗੱਲ ਨੂੰ ਯਕੀਨੀ ਬਣਾਉਂਦੇ ਸੀ ਕਿ ਜਦੋਂ ਸਿੱਖ ਫੌਜ ਭਰਤੀ ਹੋਣਾ ਹੈ ਅੰਮ੍ਰਿਤਸਰ ਕੇ ਜੀ ਫਿਰ ਅੰਗਰੇਜ਼ ਅਫਸਰ ਆਪ ਪੱਗ ਬਨ ਕੇ ਸੰਡੇ ਨੂੰ ਦੀਵਾਨ ਚ ਬੈਠੇ ਹੁੰਦੇ ਸੀ ਸੋ ਸਿੱਖਾਂ ਨੂੰ ਕੋਈ ਧਾਰਮਿਕ ਲੱਗਦਾ ਨਹੀਂ ਸੀ ਵੀ ਉਹਨਾਂ ਨੂੰ ਕੋਈ ਧਾਰਮਿਕ ਪ੍ਰੋਬਲਮ ਹੈ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਸੀ ਵੀ ਇਹ ਵੀ ਸਾਡਾ ਹਿੱਸਾ ਹੀ ਨਹੀਂ ਚਲੋ ਇਹ ਇਹਨਾਂ ਦਾ ਰੰਗ ਗੋਰਾ ਹੈ ਰਾਜੇ ਨੇ ਰਾਜੇ ਤਾਂ ਹੋਣਾ ਹੀ ਕਿਸੇ ਨੇ ਹੀ ਰਾਜੇ ਨੇ ਜੀ ਪਰ ਜਦੋਂ ਬਾਹਰ ਆਏ ਸਿੱਖ ਕੈਨੇਡਾ ਦੇ ਵਿੱਚ ਔਰ ਉੱਥੋਂ ਅਮਰੀਕਾ ਚ ਆਏ ਉਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਗੁਲਾਮੀ ਔਰ ਆਜ਼ਾਦੀ ਚ ਕੀ ਫਰਕ ਹੈ ਜੀ ਔਰ ਕਰਤਾਰ ਸਿੰਘ ਸਰਾਬ ਜਿਹੜਾ ਗਦਰ ਪਾਰਟੀ ਦਾ ਨਾਇਕ ਹੈ 14-15 ਸਾਲਾਂ ਦਾ ਮੁੰਡਾ ਬਰਕਲੀ ਯੂਨੀਵਰਸਿਟੀ ਚ ਪੜਨਾ ਹੈ ਜਦੋਂ ਉਹ ਉਹਦੇ ਨੇੜੇ ਹੀ ਇੱਕ ਰੈਸਟੋਰੈਂਟ ਹੈ ਉੱਥੇ ਉਹ ਚਾਹ ਪੀਣ ਦੇ ਲਈ ਗਿਆ ਤੇ ਜਾ ਕੇ ਬੈਠਾ ਵੇਟਰ ਨੇ ਕਿਹਾ ਵੀ ਇਹ ਗੁਲਾਮਾਂ ਲਈ ਨਹੀਂ ਹੈ ਇਹ ਇੱਥੇ ਨਹੀਂ ਤੂੰ ਬੈਠ ਸਕਦਾ ਇਹ ਸਿਰਫ ਵਾਈਟ ਮੈਨ ਲਈ ਹੈ ਤੁਹਾਡੀ ਸੀਟ ਉਧਰ ਹੈ ਜੀ ਔਰ ਉਹ ਉਥੋਂ ਝਗੜਾ ਕਰਕੇ ਆ ਗਿਆ ਉੱਠ ਕੇ ਸੋ ਉਹੀ ਕਰਤਾਰ ਸਿੰਘ ਸਰਾਬਾ ਮੁੜ ਕੇ ਗਦਰ ਗੁੰਜਾਂ ਆਪਣਾ ਅਖਬਾਰ ਕੱਢ ਕੇ ਔਰ ਗਦਰ ਪਾਰਟੀ ਨੂੰ ਲੀਡ ਕਰਦਾ ਹੈ ਔਰ ਹੱਸਦਾ ਹੱਸਦਾ ਫਾਂਸੀ ਦੇ ਤਖਤੇ ਤੇ ਚੜ ਜਾਂਦਾ ਹੈ ਜੀ ਹੁਣ ਇਹੀ ਜਿਹੜੇ ਜੇ 8000 ਸਿੱਖ 1912 13 ਤੱਕ ਅਮਰੀਕਾ ਕੈਨੇਡਾ ਚ ਸਨ ਤਾਂ ਉਹਨਾਂ ਚੋਂ ਲਗਭਗ 7000 ਜਿਹੜੇ ਨੇ ਉਹ ਵਾਪਸ ਚਲੇ ਗਏ ਜੀ ਜੇ ਕੁੱਲ 9000 ਸੀ ਮੈਨੂੰ ਥੋੜਾ ਫਿਗਰ ਦਾ ਭ੍ਰਿਕਾ ਹੈ ਤੇ 8000 ਵਾਪਸ ਚਲੇ ਗਏ ਕਿ ਵੀ ਅਸੀਂ ਆਜ਼ਾਦੀ ਲਈ ਲੜ ਲੈ ਅਸੀਂ ਉੱਥੇ ਜਾ ਕੇ ਜਿਹੜਾ ਦੇਸ਼ ਨੂੰ ਆਜ਼ਾਦ ਕਰਾਉਣਾ ਹੈ ਜੀ ਹੁਣ ਇੱਕ ਪਾਸੇ ਤਾਂ ਉਹ ਸਪਿਰਿਟ ਸੀ ਕਿ ਜਿਹੜੇ ਅਮਰੀਕਨ ਡ੍ਰੀਮ ਜਾਂ ਕੈਨੇਡੀਅਨ ਡ੍ਰੀਮ ਦੇ ਥੱਲੇ ਆਏ ਲੋਕ ਸੀ ਉਹ ਛੱਡ ਕੇ ਚਲੇ ਗਏ ਜੀ ਲੇਕਿਨ ਜਿਹੜੇ ਉੱਥੇ ਹੀ ਬੈਠਾ ਇੱਕ ਵੱਡਾ ਸਮਕਾ ਸੀ ਉਹਨਾਂ ਨੇ ਔਰ ਇਹ ਗੱਲ ਵੀ ਕਹੀ ਜਾਂਦੀ ਹੈ ਹਾਲਾਂ ਇਸ ਕਿਸਮ ਦਾ ਕੋਈ ਮੈਨੂੰ ਦੇਖਣ ਦਾ ਤਾਂ ਨਹੀਂ ਬਣਿਆ ਮੌਕਾ ਜੀ ਕਿ ਉਸ ਵੇਲੇ ਦੇ ਜਿਹੜਾ ਸਰਬਰਾ ਸੀ ਅਕਾਲ ਤਖਤ ਸਾਹਿਬ ਦਾ ਜਾਂ ਜੋ ਵੀ ਪੁਜਾਰੀ ਸਨ ਉਨਾ ਨੇ ਵੀ ਹੁਕਮਨਾਮਾ ਜਾਰੀ ਕਰ ਦਿੱਤਾ ਸੀ ਕਿ ਵੀ ਇਹ ਸਿੱਖ ਨਹੀਂ ਨੇ ਗਦਰੀ ਕਿਉਂਕਿ ਉਹਨਾਂ ਨੂੰ ਜਿਹਨਾਂ ਨੂੰ ਅਸੀਂ ਅੱਜ ਗਦਰੀ ਬਾਬੇ ਕਹਿ ਕੇ ਆਜ਼ਾਦੀ ਦਾ ਕ੍ਰੈਡਿਟ ਦਿੰਨੇ ਜੀ ਔਰ ਉੱਥੋਂ ਵਾਲਿਆਂ ਨੇ ਕੋਆਪਰੇਟ ਵੀ ਨਹੀਂ ਕੀਤਾ ਵੱਡੀ ਹੱਦ ਤੱਕ ਹਿੰਦੁਸਤਾਨੀਆਂ ਨੇ ਨਹੀਂ ਕੀਤਾ ਜੀ ਉਹ ਨਤੀਜਾ ਇਹ ਹੋਇਆ ਵੀ ਗਦਾਰ ਵਿੱਚ ਵੜ ਗਏ ਉਹ ਕਨਸਪੀਰੇਸੀ ਦੇ ਨਾਲ ਫੜੇ ਗਏ ਬੰਦੇ ਬਹੁਤ ਸਾਰੇ ਉਹ ਤਾਂ ਹੱਸਦੇ ਹੱਸਦੇ ਫਾਂਸੀ ਦੇ ਤਖਤਾਂ ਤੇ ਝੂਲ ਗਏ ਜੀ ਲੇਕਿਨ ਇਹ ਇੱਕ ਫਰਕ ਹਮੇਸ਼ਾ ਰਹਿੰਦਾ ਹੈ ਕਿ ਜਿਹੜਾ ਇੱਕ ਸਿਸਟਮ 'ਚ ਰਹਿਣ ਲੱਗ ਜਾਂਦਾ ਹੈ ਜੀ ਉਹ ਉਸ ਨੂੰ ਐਕਸੈਪਟ ਕਰਨਾ ਸ਼ੁਰੂ ਕਰ ਦਿੰਦਾ ਔਰ ਹੌਲੀ-ਹੌਲੀ ਉਹਨੂੰ ਇੰਜੋਏ ਵੀ ਕਰਨ ਲੱਗ ਜਾਂਦਾ ਹੈ ਔਰ ਇਹ ਅਮਰੀਕਾ ਦੇ ਵਿੱਚ ਕਾਲਿਆਂ ਦੀ ਗੁਲਾਮੀ ਨਾਲ ਇੱਕ ਸਬੰਧਤ ਹੈ ਘਟਨਾ ਇੱਕ ਘਟਨਾ ਨਹੀਂ ਇਹ ਇੱਕ ਨੋਨ ਹੈ ਗੱਲ ਜੀ ਕਿ ਅਮਰੀਕਾ ਦੇ ਵਿੱਚ ਇਸ ਮੁੱਦੇ ਤੇ ਸਿਵਲ ਵਾਰ ਹੋਈ ਅਬਰਾਹਿਮ ਲਿੰਕਨ ਪ੍ਰੈਜ਼ੀਡੈਂਟ ਸੀ ਭਰਾਵਾਂ ਨੇ ਭਰਾਵਾਂ ਨੂੰ ਮਾਰਿਆ ਕਿਉਂਕਿ ਅੱਧਾ ਅਮਰੀਕਾ ਜਿਹੜਾ ਗੁਲਾਮ ਸਿਸਟਮ ਖਤਮ ਕਰਨ ਦੇ ਹੱਕ 'ਚ ਨਹੀਂ ਸੀ ਅਦਾ ਜਿਹੜਾ ਉਹ ਚਾਹੁੰਦਾ ਸੀ ਵੀ ਇਹਨਾਂ ਨੂੰ ਖਤਮ ਕਰੋ ਗੁਲਾਮੀ ਸਿਸਟਮ ਨੂੰ ਆਜ਼ਾਦੀ ਦਿਓ ਉਹਨਾਂ ਨੂੰ ਫਾਈਨਲੀ ਜਿਹੜੇ ਲੋਕ ਆਜ਼ਾਦੀ ਚਾਹੁੰਦੇ ਸੀ ਨਾਰਥ ਵਾਲੇ ਉਹ ਜਿਹੜੇ ਨੇ ਉਹਨਾਂ ਦੀ ਜਿੱਤ ਹੋਈ ਅਬਰਾਹਿਮ ਲਿੰਕਨ ਨੇ ਜਿਹੜਾ ਹੈ ਉਹ ਜਾਰੀ ਕੀਤਾ ਪ੍ਰੋਕਲੇਮੇਸ਼ਨ ਜੀ ਕਿ ਵੀ ਤੁਸੀਂ ਹੁਣ ਆਜ਼ਾਦ ਹੋ ਨਹੀਂ ਸਭ ਜਿਹੜੇ ਕਾਲੇ ਨੇ ਉਹ ਜਿੱਥੇ ਚਾਹਣ ਜਾ ਸਕਦੇ ਨੇ ਜੀ ਕੋ ਚਲੇਗੇ ਬਹੁਤ ਸਾਰੇ ਔਰ ਕੁਝ ਜਿਹੜੇ ਨੇ ਕੁਝ ਸਮੇਂ ਬਾਅਦ ਵਾਪਸ ਆ ਗਏ ਆਪਣੇ ਮਾਲਕਾਂ ਦੇ ਕੋਲ ਜਿਨ੍ਹਾਂ ਦੇ ਉਹ ਸਲੇਵ ਸੀ ਗੁਲਾਮ ਸੀ ਕਿ ਜੀ ਨਹੀਂ ਸਾਨੂੰ ਨਹੀਂ ਚਾਹੀਦੀ ਅਸੀਂ ਇੱਥੇ ਹੀ ਬਹੁਤ ਖੁਸ਼ ਹੈ ਜੀ ਸੋ ਕਹਿਣ ਦਾ ਮਤਲਬ ਹੈ ਕਿ ਇਸ ਕਿਸਮ ਦੀ ਇਹ ਸਟੇਟ ਆਫ ਮਾਈਂਡ ਹੁੰਦੀ ਹੈ ਗੁਲਾਮੀ ਔਰ ਅੱਜ ਸਾਡੇ ਵੱਡੇ ਹਿੱਸੇ ਨੇ ਇਸ ਗੱਲ ਨਾਲ ਮੈਂ ਸਹਿਮਤ ਆਂ ਕਿ ਉੱਥੇ ਰਹਿੰਦੇ ਸਿੱਖਾਂ ਦੇ ਇੱਕ ਵੱਡੇ ਹਿੱਸੇ ਨੇ ਗੁਲਾਮੀ ਨੂੰ ਐਕਸੈਪਟ ਕਰ ਲਏ ਤੇ ਉਹਨਾਂ 'ਚੋਂ ਅੱਗੋਂ ਇੱਕ ਵੱਡਾ ਹਿੱਸਾ ਜਿਨ੍ਹਾਂ ਨੂੰ ਇਸ ਗੱਲ ਤੋਂ ਹੀ ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਕਿਹੜੇ ਪਾਸੇ ਗੁਲਾਮ ਹੈ। ਜੀ। ਇਤੋਂ ਬੜੇ ਵਧੀਆ ਖਾਂਦੇ ਪੀਂਦੇ ਐ ਜੀ ਕਿਲਾ ਕਰੋੜ ਦਾ ਹੋ ਗਿਆ। ਉਠੀ ਐ ਜੀ ਅਸੀਂ ਤਾਂ ਮੌਜਾਂ ਲੱਗੀਆਂ ਹੋਈਆਂ ਤੁਸੀਂ ਉੱਥੇ ਬਾਹਰ ਬਈਏ ਬਣੇ ਹੋ। ਉੱਥੇ ਗਿਆ ਨੂੰ ਟਿਚਰਾਂ ਕਰਦੇ ਨੇ ਹਾਲਾਂ ਬਹੁਤ ਸਾਰੇ ਜਿਹੜੇ ਇੱਥੇ ਦਿਨ ਰਾਤ ਇੱਕ ਕਰਕੇ ਡਾਲਰ ਭੇਜਦੇ ਨੇ ਉੱਥੇ ਡਾਲਰ ਦੇ 68 ਰੁਪਏ ਬਣਦੇ ਨੇ ਉਹ ਮੌਜਾਂ ਵੀ ਕਰਦੇ ਨੇ ਉਹਨਾਂ ਦੇ ਤੇ ਟਿਚਰਾਂ ਵੀ ਕਰਦੇ ਨੇ ਕਿ ਜੀ ਤੁਸੀਂ ਤਾਂ ਉੱਥੇ ਕੀ ਕਰਦੇ ਹੋ? ਜੀ ਜੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਕਿ ਇਹ ਗੱਲ ਸਮਝ ਉਦੋਂ ਹੀ ਆਉਂਦੀ ਹੈ ਜਦੋਂ ਤੁਸੀਂ ਸਿਸਟਮ ਤੋਂ ਬਾਹਰ ਹੁੰਦੇ ਹੋ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਸਮਝਾਉਣਾ ਨਹੀਂ ਹੈ ਜੀ ਜਾਂ ਅਸੀਂ ਉਹਨਾਂ ਨੂੰ ਗੁਲਾਮੀ ਤੋਂ ਨਜ਼ਾਤ ਨਹੀਂ ਦਿਵਾਉਣੀ ਜਾਂ ਅਸੀਂ ਜਿਹੜਾ ਉਹ ਇੱਕ ਇੰਡੀਪੈਂਡੈਂਸ ਦੀ ਲੜਾਈ ਜਿਹੜੀ ਖਾਲਸਾਤਾਨ ਦੀ ਕਾਇਮੀ ਦੀ ਹੈ ਉਹਦੇ 'ਚ ਕੋਈ ਟਿਲਮਟ ਕਰਨੀ ਸੋ ਦੂਸਰਾ ਨੁਕਤਾ ਜਿਹੜਾ ਉਹਨਾਂ ਨੇ ਇਸ ਗੱਲ ਦੀ ਕੰਟੀਨਿਊਟੀ ਦੇ ਵਿੱਚ ਹੀ ਉਠਾਇਆ ਕਿ ਵੀ ਇਹ ਠੀਕ ਹੈ ਉਹਨਾਂ ਨੇ ਕਿਹਾ ਜੀ ਮੈਂ 110% ਸਹਿਮਤ ਹੈ ਕਿ ਖਾਲਸਤਾਨ ਹੋਣਾ ਚਾਹੀਦਾ ਹੈ ਧਾਰਮਿਕ ਸਮਾਜਿਕ ਆਰਥਿਕ ਇਹ ਸਾਰੇ ਮੁੱਦੇ ਜਿਹੜੇ ਨੇ ਇਸ ਤੋਂ ਬਿਨਾ ਸੋਲਵ ਨਹੀਂ ਹੋਣਗੇ ਪਰ ਜਿਹੜੀ ਗੱਲ ਉਹਨਾਂ ਨੇ ਇਹ ਕਹੀ ਕਿ ਜੀ ਇਸ ਗੱਲ ਦੀ ਇਸ ਦੇ ਬਾਵਜੂਦ ਕਿ ਸੂਬਾ ਹੋਏਗਾ ਪੰਜਾਬ ਦੇ ਵਿੱਚ 66 ਸਾਲ ਤੋਂ ਜਾਂ ਅੱਜ ਬਾਦਲ ਸ਼ਰਮਣੀ ਕਮੇਟੀ ਜਥੇਦਾਰ ਜਿਹੜੇ ਫਿਲਮਾਂ ਤੇ ਬੈਨ ਲਾਣ ਲਾਣ ਤੱਕ ਹੀ ਮਦੂਦ ਨੇ ਬਾਕੀ ਕੁਰੀਤੀਆਂ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਨੇ ਜੀ ਜਾਂ ਅਕਾਲੀ ਸਿਸਟਮ ਕੀ ਕਰ ਰਿਹਾ ਸੋ ਉਹਦੇ ਚ ਅਸੀਂ ਕਿਉਂ ਨਹੀਂ ਚੁਣ ਸਕੇ ਕੋਈ ਵੀ ਇਮਾਨਦਾਰ ਬੰਦਾ 66 ਸਾਲਾਂ ਸੋ ਮੈਂ ਸਮਝਦਾ ਔਰ ਜਿਹੜਾ ਉਹਨਾਂ ਦਾ ਫਿਰ ਕੰਕਲੂਡਿੰਗ ਪਾਰਟ ਹੈ ਉਹਨੂੰ ਅਸੀਂ ਸੈਕੰਡ ਸੈਕਸ਼ਨ ਦੇ ਵਿੱਚ ਡਿਸਕਸ ਕਰਦੇ ਕਿਉਂਕਿ ਇਹ ਕਾਫੀ ਐਮ ਨੁਕਤਾ ਹੈ ਜਿਹੜਾ ਇਹਨਾਂ ਨੇ ਲਿਆ ਆਂਦਾ ਹੈ ਜੀ ਬਹੁਤ ਸਾਰੇ ਵੀਰਾਂ ਪੈਣਾ ਦੇ ਇਸ ਤਰ੍ਹਾਂ ਦਾ ਹੀ ਖਿਆਲ ਨੇ ਜਦੋਂ ਉਹ ਜਿਹੜੇ ਸਾਡੇ ਨਾਲ ਜਾਂ ਖਾਲਸਾਣ ਦੇ ਸੰਘਰਸ਼ ਨਾਲ ਪਿਆਰ ਵੀ ਕਰਦੇ ਨੇ ਜਾਂ ਉਸ ਪ੍ਰਤੀ ਕਨਵਿੰਸ ਵੀ ਨੇ ਜੀ ਉਹਨਾਂ ਉਹ ਖਾਲਸਾਣ ਦੇ ਫਿਊਚਰ ਪ੍ਰਤੀ ਜ਼ਰੂਰ ਚਿੰਤਤ ਹੋ ਜਾਂਦੇ ਨੇ ਤੇ ਉਹ ਚਿੰਤਾ ਅੱਜ ਅਸੀਂ ਉਹਨਾਂ ਦੀ ਦੂਰ ਕਰਨੀ ਹੈ ਜੀ ਬਿਲਕੁਲ ਡਾਕਟਰ ਸਾਹਿਬ ਇਥੇ ਲੈਣੇ ਹੈ ਬ੍ਰੇਕ ਈਵਰਸ ਵਿਚਾਰਨਾ ਸੈਲਸਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਇੱਕ ਬ੍ਰੇਕ ਤੋਂ ਬਾਅਦ